ਹਜੇ ਪਹਿਲਾਂ ਹੀ ਆਡੀਓ ਤੇ ਵੀਡੀਓ ਦੇ ਕਰਕੇ ਕਈ ਮੰਤਰੀ ਤੇ ਵਿਧਾਇਕ ਚੱਕਰਾਂ ਵਿੱਚੋਂ ਨਿਕਲੇ ਨਹੀਂ ਸਨ ਕਿ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ। ਚਾਰ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪ ਦਾ ਵੱਡਾ ਆਗੂ 222 ਦੇ ਵਿੱਚ ਚੋਣ ਵੀ ਲੜ ਚੁੱਕਿਆ ਹੈ ਆਮ ਆਦਮੀ ਪਾਰਟੀ ਵੱਲੋਂ ਦੀਪ ਕੰਬੋਜ। ਅੱਜ ਹੀ ਅਸੀਂ ਇਹ ਖਬਰ ਨਸ਼ਰ ਵਿਸਥਾਰ ਦੇ ਨਾਲ ਕੀਤੀ ਸੀ ਕਿਹੜੇ-ਕਿਹੜੇ ਇਲਜ਼ਾਮ ਨੇ ਉਸਨੇ ਭ੍ਰਿਸ਼ਟਾਚਾਰ ਕਿਵੇਂ ਕੀਤਾ ਸੱਤਾ ਦੀ ਤਾਕਤ ਦੇ ਬਲਬੂਤੇ ਦੇ ਸਿਰ ਦੇ ਉੱਤੇ ਪਰ ਪਾਰਟੀ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਉਸ ਦੀ ਬਣੀ ਬਣਾਈ ਫਾਈਲ ਮੁੱਖ ਮੰਤਰੀ ਸਾਹਿਬ ਤੱਕ ਉਹਨਾਂ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਹੁੰਚਾ ਚੁੱਕੇ ਨੇ ਪਰ ਇਸ ਮਸਲੇ ਦੇ ਵਿੱਚ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਬਲਾਤਕਾਰ ਦਾ ਪਰਚਾ ਦਰਜ ਹੋਇਆ 376 2 ਐਨ ਦੀ ਧਾਰਾ ਜੋੜੀ ਗਈ ਹੈ ਯਾਨੀ ਕਿ ਲਗਾਤਾਰ ਬਲਾਤਕਾਰ ਕਰਦਾ ਰਿਹਾ ਉਹ ਆਪ ਦਾ ਆਗੂ ਦੀਪਤਮੋਜ 2022 ਦੇ ਵਿੱਚ ਹਲਕਾ ਅਬੋਰ ਤੋਂ ਉਸਨੇ ਚੋਣ ਲੜੀ ਸੀ ਚੋਣ ਦੇ ਵਿੱਚ ਹਾਰ ਗਿਆ ਫਿਰ ਵੀ ਉਸ ਨੇ ਬਤੌਰ ਹਲਕਾ ਇੰਚਾਰਜ ਤੌਰ ਤੇ ਉੱਤੇ ਵਿਚਰਦਿਆਂ ਹੋਇਆਂ ਆਪਣੀ ਪਾਰਟੀ ਦੇ ਵਿੱਚ ਅਜਿਹਾਈਆਂ ਸਰਗਰਮੀਆਂ ਕੀਤੀਆਂ ਕਿ ਹੁਣ ਪਾਰਟੀ ਦੇ ਨਾਮ ਦੇ ਉੱਤੇ ਧੱਬਾ ਲੱਗ ਗਿਆ ਬਲਾਤਕਾਰ ਦੇ ਪਰਚਾ ਦਰਜ ਹੋਣਾ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਵਾਲੀ ਗੱਲ ਹੈ ਪਹਿਲਾਂ ਹੀ ਕੈਬਨਟ ਮੰਤਰੀ ਵੀ ਇੱਕ ਅਜੇ ਹੀ ਸਰੀਰਕ ਸ਼ੋਸ਼ਣ ਕਰਨ ਦੇ ਮਸਲੇ ਦੇ ਵਿੱਚ ਉਸ ਦੇ ਖਿਲਾਫ ਕਈ ਸ਼ਿਕਾਇਤਾਂ ਆ ਰਹੀਆਂ ਨੇ ਹਾਲੇ ਉਸ ਦੇ ਉੱਤੇ ਕਾਰਵਾਈ ਹੋਈ ਨਹੀਂ ਸੀ ਮੰਤਰੀ ਮੰਡਲ ਚੋਂ ਬਾਹਰ ਕੱਢਣ ਦੀਆਂ ਮੰਗਾਂ ਵੀ ਉਠੀਆਂ ਵਿਰੋਧੀਆਂ ਧਿਰਾਂ ਦੇ ਵੱਲੋਂ ਪਰ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਪਰ ਇਹ ਬਲਾਤਕਾਰ ਦਾ ਪਰਚਾ ਹੈਰਾਨੀ ਦੀ ਗੱਲ ਹੈ ਕਿ ਸ਼ਖਸ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਅਬੋਰ ਨਾਲ ਸਬੰਧ ਰੱਖਣ ਵਾਲਾ ਹੈ ਜਿਲ੍ਹਾ ਐਸਐਸਪੀ ਫਾਜ਼ਲ ਕਾਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਉਹਨਾਂ ਨੇ ਇਸ ਦੇ ਉੱਤੇ ਹਾਲੇ ਤੱਕ ਕਾਰਵਾਈ ਨਹੀਂ ਦਿੱਤੀ ਪਰ ਭਰੋਸਾ ਦਿੱਤਾ ਕਿ ਜੇਕਰ ਧੱਕਾ ਹੋਇਆ ਹੈ ਤੇ ਅਸੀਂ ਇਸ ਦੇ ਉੱਤੇ ਕਾਰਵਾਈ ਕਰਾਂਗੇ ਪਰ ਉਹ ਕਾਰਵਾਈ ਕਰਾਂਗੇ ਕਦੋਂ ਉਸ ਦਾ ਜਵਾਬ ਹਾਲੇ ਤੱਕ ਨਹੀਂ ਪਰ ਇਹ ਪਰਚਾ ਗੰਗਾ ਨਗਰ ਦੇ ਵਿੱਚ ਦਰਜ ਹੋਇਆ ਹੈ ਗੰਗਾ ਨਗਰ ਪੁਲਿਸ ਨੇ ਇਹ ਪਰਚਾ ਦਰਜ ਕੀਤਾ ਹੈ ਜਿਸ ਦੇ ਵਿੱਚ ਗੰਗਾ ਨਗਰ ਹੋਟਲ ਦੇ ਵਿੱਚ ਹੀ ਪਹਿਲੀ ਵਾਰ ਇਹ ਬਲਾਤਕਾਰ ਦਾ ਸਿਲਸਲਾ ਸ਼ੁਰੂ ਹੋਇਆ ਸੀ ਇੱਕ ਪੀੜਤ ਔਰਤ ਨੇ ਜਿਹੜੀ ਐਫ ਆਈ ਆਰ ਲਿਖਾਈ ਹੈ ਆਪਣਾ ਬਿਆਨ ਦਰਜ ਕਰਾਏ ਨੇ ਉਸ ਨੇ ਕਿਹਾ ਕਿ ਮੇਰੇ ਤੇ ਇੱਕ ਐਫ ਆਈ ਆਰ ਸੀ ਮਾਮਲਾ ਕੀ ਹੈ ਉਹ ਹੁਣ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਇੱਕ ਔਰਤ ਦੇ ਉੱਤੇ ਕੋਈ ਪਰਚਾ ਹੋਇਆ ਹੋਇਆ ਸੀ ਉਸ ਨੇ ਕਿਹਾ ਕਿ ਮੇਰੇ ਨਾਲ ਧੱਕਾ ਹੋਇਆ ਤੇ ਉਸ ਦਾ ਸੰਪਰਕ ਅਬੋਰ ਦੇ ਵਿੱਚ ਹੁੰਦਾ ਕਿਉਂਕਿ ਅਬੋਰ ਦੇ ਵਿੱਚ ਹੀ ਉਹ ਦੱਸਿਆ ਗਿਆ ਕਿ ਐਫ ਆਈ ਆਰ ਦਰਜ ਹੋਈ ਸੀ ਤਾ ਉਹਨਾਂ ਨੇ ਲਗਿਆ ਕਿ ਆਮ ਆਦਮੀ ਪਾਰਟੀ ਦੇ ਇਸ ਲੀਡਰ ਦੇ ਕੋਲ ਜਾਇਆ ਜਾਵੇ ਤਾਂ ਕਿ ਮਦਦ ਮੰਗੀ ਜਾਵੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪਰ ਉਸ ਨੇ ਨਜਾਇਜ਼ ਫਾਇਦਾ ਚੁੱਕਿਆ ਇਹ ਔਰਤ ਨੇ ਇਲਜ਼ਾਮ ਲਾਏ ਨੇ ਜਿਸ ਦੇ ਉੱਤੇ ਇਹ ਸਾਰਾ ਤਸ਼ੱਦਦ ਹੁੰਦਾ ਰਿਹਾ ਸਰੀਰਕ ਸ਼ੋਸ਼ਣ ਹੁੰਦਾ ਰਿਹਾ ਹੈਰਾਨੀ ਦੀ ਗੱਲ ਇਹ ਹੋਈ ਕਿ ਉਸ ਔਰਤ ਨੂੰ ਲਗਾਤਾਰ ਬਲਾਤਕਾਰਨ ਦੇ ਸ਼ਿਕਾਰ ਦਾ ਸ਼ਿਕਾਰ ਹੋਈ ਪ੍ਰੈਗਨੈਂਟ ਹੋ ਜਾਂਦੀ ਹੈ ਲੇਡੀ ਉਸ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਦਵਾਈ ਖਵਾਈ ਜਾਂਦੀ ਹੈ ਅਬੋਰਸ਼ਨ ਕਰਨ ਦੀ ਉਸ ਦੀ ਵੀ ਧਾਰਾ ਨਾਲ ਜੋੜੀ ਗਈ ਆ ਉਸ ਐਫ ਆਈ ਆਰ ਦੇ ਵਿੱਚ ਤਿੰਨ ਧਾਰਾਵਾਂ ਲਗਾਈਆਂ ਗਈਆਂ ਨੇ 376 2 ਐਨ ਦੀ ਧਾਰਾ ਲਾਈ ਗਈ ਆ 313 ਜੋੜੀ ਗਈ ਹੈ 506 354 ਤੇ 120 ਬੀ ਦੇ ਤਹਿਤ ਇਹ ਜਿਹੜੀਆਂ ਨੇ ਪੰਜ ਧਾਰਾਵਾਂ ਲਗਾਈਆਂ ਗਈਆਂ ਨੇ ਤੇ ਇਸ ਪਰਚੇ ਦੇ ਵਿੱਚ ਜਿਹੜੇ ਚਾਰ ਨਾਮ ਸ਼ਾਮਲ ਨੇ ਇੱਕ ਕੁਲਦੀਪ ਕੁਮਾਰ ਉਰਫ ਦੀਪ ਕੰਬੋਜ ਮਲੂਕਪੁਰਾ ਜੋ ਕਿ ਹਲਕਾ ਅਬੋਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕਿਆ ਹੈ ਉਸ ਦੀਆਂ ਤਕਰੀਰਾਂ ਉਸ ਦੇ ਅਫੀਸ਼ੀਅਲ ਪੇਜ ਉੱਤੇ ਸੁਣੀਆਂ ਜਾ ਸਕਦੀਆਂ ਨੇ ਕਿ ਆਮ ਘਰ ਦਾ ਮੁੰਡਾ ਮੈਨੂੰ ਜਿਤਾਓ ਪਰ ਲੋਕਾਂ ਨੇ ਲੋਕ ਅਬੋਰ ਲੋਕ ਹਲਕੇ ਦੇ ਲੋਕਾਂ ਨੇ ਨਹੀਂ ਜਿਤਾਇਆ ਫਿਰ ਵੀ ਉਸ ਨੇ ਹਾਰਨ ਦੇ ਬਾਵਜੂਦ ਉਸ ਦੇ ਸਿਰ ਦੇ ਉੱਤੇ ਸੱਤਾ ਦਾ ਨਸ਼ਾ ਇੰਨਾ ਜਿਹੜਾ ਸੀ ਚੜਿਆ ਹੋਇਆ ਕਿ ਉਸਨੇ ਔਰਤਾਂ ਨੂੰ ਛੱਡਿਆ ਨਹੀਂ ਹਾਲਾਂਕਿ ਇੱਕ ਵਰਕਰ ਨੇ ਵਲੰਟੀਅਰ ਨੇ ਇੱਥੋਂ ਤੱਕ ਇਲਜ਼ਾਮ ਲਾ ਦਿੱਤੇ ਨੇ ਕਿ ਇੱਕ ਕੁੜੀ ਨਹੀਂ ਹੈ ਜੇਕਰ ਇਸ ਦੀ ਤਫ਼ਤੀਸ਼ ਹੋਵੇ ਤੇ ਕਈਆਂ ਦੇ ਨਾਲ ਧੱਕਾ ਹੋਇਆ ਹੋ ਸਕਦਾ ਹੈ ਔਰ ਭ੍ਰਿਸ਼ਟਾਚਾਰ ਉਸਨੇ ਕਿਵੇਂ ਕੀਤਾ ਵੱਡੇ ਮਹਿਲ ਨਾਰੇ ਕਿਵੇਂ ਛੱਤ ਲਏ ਉਸ ਦੀ ਤਾਂ ਆਪਣੀ ਜੱਦੀ ਪੁਸ਼ਟੀ ਇੰਨੀ ਜ਼ਮੀਨ ਵੀ ਨਹੀਂ ਸੀ ਵੱਡੀਆਂ ਗੱਡੀਆਂ ਕਿੱਥੋਂ ਆ ਗਈਆਂ ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਨੇ ਫਾਈਲ ਬਣ ਕੇ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚ ਚੁੱਕੀ ਹੈ ਕੁਲਦੀਪ ਕੁਮਾਰ ਉਰਫ ਦੀਪ ਕੰਬੋਜ ਦੇ ਨਾਲ ਨਾਲ ਉਸ ਦੇ ਸਾਥੀ ਵਿਜੇ ਕੰਬੋਜ ਸਮਾਈਲ ਕੰਬੋਜ ਅਮਨ ਕੰਬੋਜ ਇਹ ਚਾਰ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਗੰਗਾ ਨਗਰ ਪੁਲਿਸ ਨੇ ਜਿਸ ਦੇ ਵਿੱਚ ਪੀੜਤ ਔਰਤ ਨੇ ਦੱਸਿਆ ਕਿ 14 12 2022 ਨੂੰ ਕਰੀਬ ਸਮਾਂ ਦੁਪਹਿਰ 2 ਵਜੇ ਦਾ ਸੀ ਜਦੋਂ ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਅਬੋਰ ਦੇ ਵਿੱਚੋਂ ਆਪਣੀ ਮਦਦ ਮੰਗਣ ਦੇ ਲਈ ਗਈ ਸੀ ਤੇ ਦੀਪ ਕੰਬੋਜ ਨੇ ਕਿਹਾ ਸੀ ਕਿ ਇੱਥੇ ਪਾਰਟੀ ਦੇ ਦਫ਼ਤਰ ਦੇ ਵਿੱਚ ਆਉਣਾ ਜਾਣਾ ਕਾਫੀ ਲੱਗਿਆ ਰਹਿੰਦਾ ਪਬਲਿਕ ਬਹੁਤ ਆਉਂਦੀ ਹੈ ਇੱਥੇ ਗੱਲ ਨਹੀਂ ਬਣਨੀ ਇੱਥੇ ਮੈਂ ਤੁਹਾਡਾ ਧਿਆਨ ਨਾਲ ਮਸਲਾ ਨਹੀਂ ਸੁਣ ਸਕਦਾ ਤੇ ਮੈਂ ਗੰਗਾ ਨਗਰ ਜਾਣਾ ਤੁਸੀਂ ਮੇਰੇ ਨਾਲ ਹੀ ਚੱਲੋ ਜੇ ਜਾ ਸਕਦੇ ਹੋ ਤਾਂ ਉੱਥੇ ਮੈਂ ਤੁਹਾਨੂੰ ਛੱਡ ਵੀ ਦਿਆਂਗਾ ਤੁਹਾਡਾ ਮਸਲਾ ਵੀ ਧਿਆਨ ਨਾਲ ਸੁਣਾਗਾ ਪਰ ਉੱਥੇ ਹੀ ਇਹ ਦੱਸਿਆ ਗਿਆ ਕਿ ਇੱਕ ਹੋਟਲ ਹੈ ਗੰਗਾ ਨਗਰ ਦਾ ਜਿੱਥੇ ਕਮਰਾ ਬੁੱਕ ਕਰਾਇਆ ਗਿਆ ਸੀ ਪਰ ਉਸ ਔਰਤ ਨੂੰ ਉੱਥੇ ਹੀ ਬੁਲਾ ਕੇ ਝਾਂਸੇ ਦੇ ਵਿੱਚ ਲਿਆ ਗਿਆ ਹਾਲਾਂਕਿ WhatsApp ਚੈਟ ਵੀ ਇੱਕ ਵਾਇਰਲ ਹੋ ਰਹੀ ਹੈ ਬਹੁਤ ਸਾਰੀ ਜਾਣਕਾਰੀ ਜਈ ਹੈ ਔਰਤ ਨਾਲ ਸੰਬੰਧਿਤ ਜੋ ਅਸੀਂ ਕਾਨੂੰਨ ਅਨੁਸਾਰ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਪਰ ਉਸ ਚੈਟ ਦੇ ਵਾਇਰਲ ਹੋਣ ਦੇ ਵਿੱਚ ਵੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਔਰਤ ਨੂੰ ਕਿਸ ਤਰੀਕੇ ਦੇ ਨਾਲ ਇਨਸਾਫ ਦਿਵਾਉਣ ਦੀ ਖਾਤਰ ਕਿਹਾ ਗਿਆ ਔਰ ਔਰਤ ਨੇ ਕਿਹਾ ਕਿ ਮੇਰੇ ਨਾਲ ਇਹ ਕਿਹਾ ਗਿਆ ਕਿ ਜੇਕਰ ਤੂੰ ਆਪਣਾ ਮੂੰਹ ਖੋਲਹੇਗੀ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਇਸ ਦੇ ਬਾਰੇ ਤੈਨੂੰ ਮਹਿੰਗਾ ਪਵੇਗਾ ਭੁਗਤਣਾ ਪਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਔਰਤ ਨੇ ਸਾਰੀ ਜਿਹੜੀ ਆਪਣੀ ਵਿਥਿਆ ਸੁਣਾ ਦਿੱਤੀ ਸੀ ਗੰਗਾ ਨਗਰ ਪੁਲਿਸ ਨੂੰ ਵੀ ਐਸਐਸਪੀ ਫਾਜ਼ਲ ਕਾ ਨੂੰ ਵੀ ਬੀਤੇ ਦਿਨ ਉਹ ਮਿਲੇ ਤਾਂ ਉੱਥੇ ਉਹਨਾਂ ਨੂੰ ਇਹੀ ਭਰੋਸਾ ਮਿਲਿਆ ਦਫ਼ਤਰੋਂ ਕਿ ਅਸੀਂ ਜੇਕਰ ਵਾਕੇ ਹੀ ਧੱਕਾ ਹੋਇਆ ਕਾਰਵਾਈ ਕਰਾਂਗੇ ਪਰ ਪਰਚਾ ਦਰਜ ਨਹੀਂ ਹੋਇਆ ਚਾਹੁੰਦੀ ਤਾਂ ਫਾਜ਼ਿਲਕਾ ਪੁਲਿਸ ਵੀ ਪਰਚਾ ਦਰਜ ਕਰ ਸਕਦੀ ਸੀ ਪਰ ਇਹ ਮਾਮਲਾ ਅਬੋਹਰ ਦੇ ਇੱਕ ਵੱਡੇ ਸੱਤਾ ਧਿਰ ਦੇ ਆਗੂ ਦਾ ਹੋ ਸਕਦਾ ਹੈ ਇਸ ਦਾ ਕੋਈ ਦਬਾਅ ਜਾਂ ਪ੍ਰੈਸ਼ਰ ਹੋਵੇ ਇਸ ਕਰਕੇ ਪਰਚਾ ਦਰਜ ਨਹੀਂ ਹੋਇਆ ਹਾਲਾਂਕਿ ਅਸੀਂ ਐਸਐਸਪੀ ਫਾਜ਼ਿਲਕਾ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਤੋਂ ਜਾਣਿਆ ਜਾਵੇ ਕਿ ਤੁਹਾਡੇ ਕੋਲ ਜੇ ਪੀੜਤ ਧਿਰ ਆਏ ਸੀ ਫਰਿਆਦ ਲੈ ਕੇ ਤਾਂ ਤੁਸੀਂ ਉਹਨਾਂ ਨੂੰ ਜਿਹੜਾ ਭਰੋਸਾ ਦਿੱਤਾ ਉਹ ਹਾਲੇ ਤੱਕ ਪੂਰਾ ਕਿਉਂ ਨਹੀਂ ਹੋ ਸਕਿਆ ਪਰਚਾ ਇੱਥੇ ਕਿਉਂ ਨਹੀਂ ਦਰਜ ਹੋ ਸਕਿਆ ਕਿ ਕਾਨੂੰਨੀ ਕੋਈ ਅੜਿਕਣ ਸੀ ਅੜਿੱਕਾ ਸੀ ਜੇ ਕਾਨੂੰਨੀ ਅੜਿੱਕਾ ਸੀ ਤੇ ਖੁੱਲ ਕੇ ਦੱਸਿਆ ਕਿਉਂ ਨਹੀਂ ਗਿਆ ਪੀੜਤ ਧਿਰ ਨੂੰ ਪਰ ਇਸ ਮਸਲੇ ਦੇ ਵਿੱਚ ਹਾਲੇ ਤੱਕ ਇੱਥੇ ਭਾਵੇਂ ਪਰਚਾ ਨਾ ਦਰਜ ਹੋਇਆ ਹੋਵੇ ਪਰ ਗੰਗਾ ਨਗਰ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਉਸ ਲੀਡਰ ਤੇ ਪਰਚਾ ਦਰਜ ਕਰ ਦਿੱਤਾ ਜਿਸ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਲੜੀਆਂ ਸਨ ਤੇ ਸੱਤਾ ਦਾ ਦੁਰਉਪਯੋਗ ਕਰਦਿਆਂ ਹੋਇਆ ਦੁਰਵਰਤੋਂ ਕਰਦਿਆਂ ਹੋਇਆ ਉਸ ਨੇ ਲਗਾਤਾਰ ਉਸ ਔਰਤ ਨੂੰ ਸ਼ਿਕਾਰ ਬਣਾਇਆ ਬਲਾਤਕਾਰ ਕੀਤਾ ਜਿਸ ਦੇ ਕਰਕੇ ਉਹ ਔਰਤ ਨੇ ਪ੍ਰੈਸ ਕਾਨਫਰੰਸ ਵੀ ਬੀਤੇ ਦਿਨ ਕੀਤੀ ਸੀ ਜਿਸ ਦੇ ਵਿੱਚ ਮੀਡੀਆ ਦੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਡੇ ਤੱਕ ਵੀ ਕੁਝ ਸਬੂਤ ਜਿਹੜੇ ਪੁੱਜੇ ਨੇ ਜਿਸ ਦੇ ਬਾਰੇ ਅਸੀਂ ਖਬਰ ਮੈਚਰ ਵੀ ਕਰ ਚੁੱਕੇ ਹਾਂ ਤਾਂ ਇਹ ਖਬਰ ਉਸ ਆਗੂ ਦੇ ਨਾਲ ਸੰਬੰਧਿਤ ਹੈ ਦੀਪ ਕੰਬੋਜ ਕੁਲਦੀਪ ਕੁਮਾਰ ਜਿਹੜਾ ਮਲੂਕਪੁਰਾ ਪਿੰਡ ਦਾ ਰਹਿਣ ਵਾਲਾ ਹੈ ਅਬੋਰ ਦੇ ਵਿੱਚ ਹੀ ਪੈਂਦਾ ਉਹ ਪਿੰਡ ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਦੋਂ ਪਬਲਿਕਲੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਕਈ ਦਿਨਾਂ ਤੋਂ ਏ ਖਿਚੜੀ ਪੱਕ ਰਹੀ ਸੀ ਕਈ ਚਿਰਾਂ ਤੋਂ ਹੌਲੀ-ਹੌਲੀ ਕਰਕੇ ਗੱਲਾਂ ਸਾਹਮਣੇ ਆ ਰਹੀਆਂ ਸੀ ਰਾਹੁਲ ਬਲੰਦੀ ਨਾਮ ਦਾ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਨ੍ਹਾਂ ਨੇ ਉਹ ਸਾਰੀ ਫਾਈਲ ਦੀਪ ਕੰਬੋਜ ਦੇ ਖਿਲਾਫ ਜਿੰਨੇ ਸਬੂਤ ਨੇ ਇਕੱਠੀ ਕਰਕੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿੱਤੀ ਹੈ ਹੁਣ ਉਧਰੋਂ ਚੰਡੀਗੜ੍ਹ ਤੋਂ ਸੀਐਮ ਆਫਿਸ ਤੋਂ ਕਦਮ ਇਸ ਮਸਲੇ ਦੇ ਵਿੱਚ ਕੀ ਲਿਆ ਜਾਂਦਾ ਹੈ ਕੀ ਬਿਆਨ ਆਉਂਦਾ ਹੈ ਇਹ ਹਾਲੇ ਤੱਕ ਉਡੀਕ ਕੀਤੀ ਜਾ ਰਹੀ ਹੈ ਪੀੜਤ ਧਿਰ ਦੇ ਵੱਲੋਂ ਵੀ ਔਰ ਸਾਨੂੰ ਵੀ ਇਸ ਮਸਲੇ ਦੇ ਵਿੱਚ ਸੰਪਰਕ ਕੀਤਾ ਗਿਆ ਕਿ ਘਟੋ-ਘਟ ਸਾਡੀ ਗੱਲ ਸੁਣੀ ਜਾਵੇ ਬਹੁਤੇ ਮੀਡੀਆ ਅਦਾਰਿਆਂ ਨੇ ਖਬਰ ਹੋ ਸਕਦਾ ਕਿਸੇ ਮਜਬੂਰੀ ਵਿੱਚ ਨਸ਼ਰ ਨਾ ਕੀਤੀ ਹੋਵੇ ਪਰ ਅਸੀਂ ਇਹ ਤੁਹਾਡੇ ਨਾਲ ਜਾਣਕਾਰੀ ਇਸ ਕਰਕੇ ਵੀ ਸਾਂਝੀ ਕਰ ਰਹੇ ਹਾਂ ਕਿ ਜੇਕਰ ਕਿਸੇ ਦੇ ਨਾਲ ਧੱਕਾ ਹੋ ਰਿਹਾ ਖਾਸ ਕਰਕੇ ਔਰਤ ਦੇ ਨਾਲ ਲਗਾਤਾਰ ਬਲਾਤਕਾਰ ਹੁੰਦਾ ਰਿਹਾ ਹੋਵੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਮੰਦ ਭਾਗ ਹੈ ਤੇ ਉਸ ਦੇ ਵਿੱਚ ਸਾਰੀ ਵਿਥਿਆ ਉਸ ਨੇ ਦੱਸੀ ਹੈ ਕਿ ਕਿਵੇਂ ਉਸ ਨੂੰ ਲਿਆਂਦਾ ਗਿਆ ਕਿਵੇਂ ਉਸ ਨੂੰ ਜ਼ਬਰਦਸਤੀ ਉਸ ਦੇ ਨਾਲ ਹੁੰਦੀ ਰਹੀ ਉਹ ਪਹਿਲੇ ਨੰਬਰ ਦੇ ਉੱਤੇ ਆਪਣੀ ਇੱਕ ਐਫਆਈਆਰ ਦੇ ਸਿਲਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਅਬੋਰ ਦੇ ਦਫ਼ਤਰ ਦੇ ਵਿੱਚ ਆਈ ਸੀ ਦੀਪਕ ਕੰਬੋਜ ਨੂੰ ਮਿਲਣ ਮਦਦ ਲੈਣ ਦੇ ਲਈ ਪਰ ਉਹ ਮਦਦ ਤਾਂ ਨਹੀਂ ਮਿਲੀ ਉਲਟਾ ਮਦਦ ਦੀ بجائے ਸ਼ਿਕਾਰ ਹੁੰਦੀ ਰਹੀ ਬਲਾਤਕਾਰ ਹੁੰਦਾ ਰਿਹਾ ਤਾਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੰਗਾ ਨਗਰ ਪੁਲਿਸ ਨੇ ਪਰਚਾ ਹੁਣ ਦਰਜ ਕਰ ਦਿੱਤਾ ਜਿਸ ਦੇ ਵਿੱਚ ਚਾਰ ਮੋਲਜਮ ਜਿਹੜੇ ਨਾਮਜ਼ਦ ਕੀਤੇ ਗਏ ਨੇ ਕੁਲਦੀਪ ਕੁਮਾਰ ਉਰਫ ਦੀਪਕ ਕੰਬੋਜ ਵਿਜੇ ਕੰਬੋਜ ਸਮਾਈਲ ਕੰਬੋਜ ਤੇ ਅਮਨ ਕੰਬੋਜ ਇਹਨਾਂ ਦਾ ਨਾਮ ਤਾਂ ਨਾਲ ਰੱਖਿਆ ਗਿਆ ਕਿਉਂਕਿ ਜਦੋਂ ਵੀ ਗੰਗਾ ਨਗਰ ਦੀਪ ਕੰਬੋਜ ਜਾਂਦਾ ਰਿਹਾ ਜਾਂ ਇਸ ਤਰ੍ਹਾਂ ਦੀ ਮਾੜੀ ਕਰਤੂਤ ਕਰਦਾ ਰਿਹਾ ਤਾਂ ਉਦੋਂ ਇਹ ਸਾਰੇ ਨਾਲ ਸਾਥ ਨਭਾਉਂਦੇ ਸੀ ਇਸ ਕਰਕੇ ਔਰਤ ਨੂੰ ਲੱਗਿਆ ਕਿ ਇਹਨਾਂ ਨੇ ਵੀ ਉਸੇ ਤਰ੍ਹਾਂ ਭਾਗੀਦਾਰੀ ਕੀਤੀ ਹੈ ਤੇ ਸਾਰਾ ਜੁਰਮ ਕੀਤਾ ਹੈ ਜਿਸ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕੰਪਲੇਂਟ ਵੀ ਹੈ ਲਿਖਾ ਦਿੱਤੀ ਗਈ ਹੈ ਤੇ ਪਰਚਾ ਦਰਜ ਹੋਇਆ ਆਪਣੇ ਆਪ ਦੇ ਵਿੱਚ ਬੜੀ ਸ਼ਰਮਨਾਕ ਦੇ ਬੰਦ ਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਆਡੀਓ ਤੇ ਵੀਡੀਓ ਖਾਸ ਕਰਕੇ ਇਸ ਤਰ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿਸੇ ਮਸਲੇ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਇੱਥੇ ਦੱਸਦੀ ਹੈ ਜਾਣਕਾਰੀ ਲਈ ਕਿ ਪਰਚਾ ਹਲੇ ਤੱਕ ਦਰਜ ਨਹੀਂ ਹੋਇਆ ਨਾ ਹੀ ਕੋਈ ਇਸ ਬਾਬਤ ਆਮ ਆਦਮੀ ਪਾਰਟੀ ਵੱਲੋਂ ਅਫੀਸ਼ੀਅਲ ਤੌਰ ਤੇ ਬਿਆਨ ਸਾਹਮਣੇ ਆਇਆ ਕਿ ਵਾਕਈ ਸਾਡੇ ਲੀਡਰ ਕਸੂਰਵਾਰ ਹੈ ਜਾਂ ਨਹੀਂ ਕਸੂਰਵਾਰ ਘੱਟੋ ਘੱਟ ਸਥਿਤੀ ਆਮ ਆਦਮੀ ਪਾਰਟੀ ਨੂੰ ਜ਼ਰੂਰ ਸਪਸ਼ਟ ਕਰਨੀ ਚਾਹੀਦੀ ਹੈ ਕਿ ਇਸ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਪੱਧਰ ਦੇ ਉੱਤੇ ਉਸ ਆਗੂ ਤੋਂ ਦਿੱਤੀਆਂ ਹੋਈਆਂ ਪਾਵਰਾਂ ਸ਼ਕਤੀਆਂ ਖੋਹੇਗੀ ਜੇ ਉਹਨੂੰ ਪਾਵਰ ਦਿੱਤੀ ਹੀ ਨਹੀਂ ਹੋਈ ਸੀ ਤਾਂ ਦੁਰਪਯੋਗ ਕਿਵੇਂ ਕਰ ਰਿਆ ਸੀ ਦਰਬਰਤੋ ਕਿਸ ਦਿਸ਼ਾ ਦੇ ਉੱਤੇ ਕਰ ਰਿਆ ਸੀ ਇਹ ਸਾਰੇ ਸਵਾਲ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਢੀਕਦੇ ਆ ਕਿ ਆਮ ਆਦਮੀ ਪਾਰਟੀ ਕਦੋਂ ਦਿੰਦੀ ਹੈ ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ ਮੈਨੂੰ ਦੁਆਗਿਆ ਤੇ ਤੁਸੀਂ ਬਣੇ ਰਹੋ ਲਗਾਤਾਰ ABC ਪੰਜਾਬ ਦੇ ਨਾਲ